ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਤੁਸੀਂ ਸਭ ਬਾਖੂਬੀ ਜਾਣ। 2019 ਦੀਆਂ ਚੋਣਾਂ ਦੇ ਚੱਲਦਿਆਂ ਸੁਖਬੀਰ ਸਿੰਘ ਬਾਦਲ ਵੀ ਹੁਣ ਅਲੱਗ ਅਲੱਗ ਪਿੰਡਾਂ ਦੇ ਦੌਰਿਆਂ ਤੇ ਨਿਕਲੇ ਹੋਏ ਨੇ ਤੇ ਇੱਕ ਪਿੰਡ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਜਿਹੀ ਸੇਵਾ ਕੀਤੀ ਗਈ ਕਿ ਪਿੰਡ ਵਾਲਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਬੁਲਾ ਕੇ ਉਹਨਾਂ ਦੇ ਮੂੰਹ ਦੇ ਉੱਤੇ ਜਿੰਨੇ ਪਿਆਰ ਦੇ ਨਾਲ ਸ਼ਬਦੀ ਹਮਲੇ ਕੀਤੇ, ਵਾਰ ਕੀਤੇ, ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ। ਸੁਖਬੀਰ ਸਿੰਘ ਬਾਦਲ ਸਿਰਫ ਤੇ ਸਿਰਫ ਖੂੰਜੇ ਤੇ ਖੜੇ ਸੁਣਦੇ ਹੀ ਰਹੇ ਕਿ ਆਖਿਰ ਕੀ ਅਰਜ਼ ਕਰ ਰਹੇ ਨੇ ਪਿੰਡ ਵਾਲੇ। ਸੋ ਅੱਜ ਮੈਂ ਰਾਜਕੁਮਾਰ ਸਰਪੰਚ ਪਿੰਡ ਸਜਰਾਣਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਇੱਥੇ ਪਹੁੰਚਣ ਤੇ ਨਿੱਘੀ ਜੀ ਆਇਆਂ ਨੂੰ ਕਹਿੰਦਾ, ਹੋਰ ਵੀ ਇਹਨਾਂ ਦੇ ਨਾਲ ਜਿੰਨੇ ਵੀ ਪੰਚ ਸਰਪੰਚ ਵੀ ਆਈ ਪੀ ਗੈਸਟ ਇਲਾਕੇ ਦੀਆਂ ਮਹਾਨ ਹਸਤੀਆਂ ਪਹੁੰਚੀਆਂ ਤਾਂ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਹਿੰਦਾ। ਸੋ ਬਾਦਲ ਸਾਹਿਬ ਧਿਆਨ ਦੇਣਾ, ਮੇਰੀਆਂ ਛੋਟੀਆਂ ਛੋਟੀਆਂ ਦੋ ਚਾਰ ਲਾਈਨਾਂ ਜਿਹੜੀਆਂ ਲਿਖੀਆਂ ਹੋਈਆਂ ਕਿ ਸਾਡੇ ਜਿਹੜੇ ਦੋ ਸੇਮ ਵਾਲੇ ਪਿੰਡ ਦੇ ਹੈਗੇ ਉਹਨਾਂ ਦੀ ਖਟਾਈ ਜਿਹੜੀ ਆ ਜ਼ਰੂਰੀ ਹੋਈ ਪਈ ਹੈ। ਵਾਟਰ ਵਰਕਸ ਲਈ 24 ਘੰਟੇ ਲਾਈਟ ਦਾ ਪ੍ਰਬੰਧ ਕਰਵਾ ਦਿਓ ਜੀ, ਬਹੁਤ ਮਿਹਰਬਾਨੀ ਹੋਵੇਗੀ। ਇੱਕ ਆਪਣੇ ਹੀ ਸਮੇਂ ਦਾ ਪਿਆ ਹੋਇਆ ਅਧੂਰਾ ਪੈਲਸ ਮੰਡਾ ਸਾਹਿਬ ਮੈਰਿਜ ਪੈਲਸ ਜਿਹੜਾ ਉਹ ਅਧੂਰਾ ਪਿਆ। ਸਰਕਾਰੀ ਸਕੂਲ ਦੀ ਬਿਲਡਿੰਗ ਜਿਹੜੀ ਹੈ ਖਸਤਾ ਜੀ, ਪਲੱਸ ਟੂ ਦਾ ਸਕੂਲ ਤੁਸੀਂ ਅਪਗ੍ਰੇਡ ਕਰਕੇ ਗਏ ਸੀ, ਉਹ ਤੁਹਾਡੇ ਸਾਹਮਣੇ ਆ ਬਿਲਡਿੰਗ ਨਹੀਂ ਹੈ ਸਾਡੇ ਕੋਲ ਕਿ ਬੱਚਿਆਂ ਨੂੰ ਅਸੀਂ ਕਿੱਥੇ ਬਿਠਾਈਏ। ਉਸ ਤੋਂ ਬਾਅਦ ਸਾਨੂੰ ਵੱਡੀ ਜ਼ਰੂਰਤ ਜਿਹੜੀ ਉਹ ਬੈਂਕ ਦੀ ਹੈ ਤਾਂ ਕਿ ਸਾਡਾ ਜਿਹੜਾ ਸ਼ਹਿਰ ਦੇ ਤੱਕ ਪਹੁੰਚਣਾ ਜਿਹੜਾ ਉਹ ਉੱਥੋਂ ਟੁੱਟ ਗਈ ਤਾਂ ਅਸੀਂ ਪਿੰਡ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਲੈ ਸਕੀਏ। ਗਲੀਆਂ ਨਾਲੀਆਂ ਤੁਸੀਂ ਬਹੁਤ ਸ਼ਾਨਦਾਰ ਬਣਾਈਆਂ ਪਰ ਉਹਨਾਂ ਨਾਲੀਆਂ ਦਾ ਜਿਹੜਾ ਨਿਕਾਸ ਹੈ ਉਹ ਬਿਲਕੁਲ ਜਿਹੜਾ 0% ਹੈ, ਨਿਕਾਸ ਜਿਹੜਾ ਉਹ ਨਹੀਂ ਸਰ ਜੀ ਹੋਇਆ, ਉਹ ਵੀ ਜਲਦ ਮੁਕੰਮਲ ਕਰਵਾ ਦਿਓ। ਇੱਕ ਹੋਰ ਪਿੰਡ ਵਾਲਿਆਂ ਨੂੰ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਜੋ ਪਿਛਲਾ ਸਮਾਂ ਸੀ 5 ਸਾਲ ਦਾ ਉਹਦੇ ਦਰਮਿਆਨ ਬਾਦਲ ਸਾਹਿਬ ਨੇ ਮੀਂਹ ਵਾਂਗੂ ਪੈਸਾ ਵਰਤਾਇਆ, ਸਾਰਿਆਂ ਲੋਕਾਂ ਨੂੰ ਚਾਨਣ ਹੈ ਪੂਰਾ ਕਿ ਕਿੰਨਾ ਕੁ ਬਾਦਲ ਸਾਹਿਬ ਨੇ ਸਾਡੇ ਪਿੰਡ 'ਤੇ ਕਿਰਪਾ ਕੀਤੀ ਸੀ। ਤਾਂ ਬਾਦਲ ਸਾਹਿਬ ਵੱਡੀ ਸਾਰੀ ਰਕਮ ਜਿਹੜੀ ਤੁਸੀਂ ਦੇ ਕੇ ਗਿਆ ਸੀ 10 ਲੱਖ ਰੁਪਈਆ ਸਟੇਡੀਅਮ ਦੇ ਵਾਸਤੇ, ਮੇਰੇ ਖਿਆਲ 'ਚ ਜੋ ਲੱਗਿਆ ਹੋਇਆ ਇੱਥੇ 1 ਲੱਖ ਰੁਪਈਆ ਮੈਨੂੰ ਦੇ ਦਿਓ, ਇੰਨਾ ਫਿਰ ਦੁਬਾਰਾ ਬਣਾ ਦਿਆਂਗਾ। 9 ਲੱਖ ਰੁਪਈਆ ਮੇਰੇ ਪਹਿਲਾਂ 4 ਦੀਵਾਰੀ ਤਾਂ ਪਹਿਲਾਂ ਹੀ ਹੋਈ ਪਈ ਸੀ ਅਤੇ ਕਿੱਥੇ ਹੈਗਾ ਬਾਕੀ ਜਿਹੜੀਆਂ ਰਕਮਾਂ ਆਪਣੀਆਂ ਵੱਡੀਆਂ ਵੱਡੀਆਂ। ਛੱਪੜ ਦੀ 4 ਦੀਵਾਰੀ ਦਾ ਤੁਸੀਂ 10 ਲੱਖ ਸਾਨੂੰ ਸੌਂਪਿਆ ਸੀ ਅਤੇ 1 ਇੱਟ ਨਹੀਂ ਲੱਗੀ ਹੋਈ। ਹੋਰ ਵੀ ਵੇਖੀਏ ਤਾਂ ਪਬਲਿਕ ਸ਼ੈੱਡ, ਸ਼ਮਸ਼ਾਨ ਘਾਟ, ਸਰਕਾਰੀ ਹਸਪਤਾਲ, ਬੱਸ ਸਟੈਂਡ, ਪਿੰਡ ਸਜਰਾਣਾ ਦਾ ਇੱਕੋ ਇੱਕ ਪਿੰਡ ਜਿੱਥੋਂ ਦਾ ਬੱਸ ਸਟੈਂਡ ਹੀ ਨਹੀਂ ਹੈਗਾ, ਸਰਕਾਰੀ ਬੱਸਾਂ ਦਾ ਕੋਈ ਪ੍ਰਬੰਧ ਨਹੀਂ, ਅਸੀਂ ਸ਼ਹਿਰ ਤੱਕ ਆਪਦਾ ਤਾਲੁਕਾਤ ਕਿਵੇਂ ਰੱਖੀਏ। ਇੱਕ ਹੋਰ ਵੱਡੀ ਗੱਲ ਜਿਹੜੀ ਅੱਜ ਮੇਰੇ ਅੰਦਰੋਂ ਨਿਕਲ ਰਹੀ ਹੈ ਕਿ ਮੈਂ ਪੂਰੇ ਪੰਜਾਬ ਦਾ ਇਕਲੌਤਾ ਸਰਪੰਚ ਹੋਵਾਂਗਾ ਜਿਹਨਾਂ ਨੂੰ ਸਾਬਕਾ ਸਰਪੰਚ ਨੇ ਅੱਜ ਤੱਕ ਕੋਈ ਰਿਕਾਰਡ ਹੀ ਨਹੀਂ ਦਿੱਤਾ, ਇਹ ਵੀ ਮੇਰੇ ਵਾਸਤੇ ਜ਼ਰੂਰੀ ਹੈ ਤਾਂ ਮੇਰਾ ਕਹਿਣਾ ਫਰਜ਼ ਸੀਗਾ। ਬਾਕੀ ਤੁਸੀਂ ਸਮਝਦਾਰ ਹੋ ਜੀ ਅਤੇ ਸਮਝਦਾਰ ਨੂੰ ਕਹਿੰਦੇ ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਗੁਰੂ ਪਿਆਰਿਓ, ਜੇਕਰ ਸਾਡੀ ਕਾਰਗੁਜ਼ਾਰੀ ਚੰਗੀ ਹੋਵੇ ਤਾਂ ਸਾਨੂੰ ਅਜਿਹੇ ਸਵਾਲਾਂ ਦਾ ਕਦੀ ਸਾਹਮਣਾ ਹੀ ਨਾ ਕਰਨਾ ਪਵੇ। ਪਰ ਸਿਆਸੀ ਧਿਰਾਂ ਅਜਿਹੀਆਂ ਨੇ ਜੋ ਦਾਅਵੇ ਅਤੇ ਵਾਅਦੇ ਤਾਂ ਵੱਡੇ ਵੱਡੇ ਕਰਦੀਆਂ ਨੇ, ਮੈਨੀਫੈਸਟੋ ਵੱਡੇ ਵੱਡੇ ਦਿਖਾਉਂਦੀਆਂ ਨੇ, ਪਰ ਜ਼ਮੀਨੀ ਹਕੀਕਤ ਦੇ ਉੱਤੇ ਉਹ ਸ਼ੂਨਿਅਰ ਨਜ਼ਰ ਆਉਂਦੀਆਂ ਨੇ, ਤਾਂ ਹੀ ਆਵਾਮ ਦਾ ਭਰੋਸਾ ਸਿਆਸੀ ਧਿਰਾਂ ਤੋਂ ਉੱਠ ਜਾਂਦਾ। ਤੇ ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਨੂੰ ਜੋ ਇੱਕ ਤੀਜੇ ਬਦਲ ਦੀ ਲੋੜ ਹੈ ਉਹ ਤੀਜਾ ਬਦਲ ਮਿਲਦਾ ਹੈ ਪੰਜਾਬ ਨੂੰ ਜਾਂ ਨਹੀਂ ਮਿਲਦਾ, ਇਹਨਾਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਛੁਟਕਾਰਾ ਮਿਲਦਾ ਹੈ ਜਾਂ ਨਹੀਂ ਮਿਲਦਾ। ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਇਆ ਗਿਆ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਜਾਂ ਅਕਾਲੀ ਟਕਸਾਲੀ
ਆਗੂ ਜਾਂ ਆਮ ਆਦਮੀ ਪਾਰਟੀ, ਆਖਿਰ ਇਹਨਾਂ ਦੇ ਵਿੱਚ ਕੌਣ ਪੰਜਾਬ ਦੀ ਸੱਤਾ ਦੇ ਵਿੱਚ ਬਦਲ ਲੈ ਕੇ ਆਉਂਦਾ ਹੈ, ਇਹ ਆਉਣ ਵਾਲਾ ਵਕਤ ਹੀ ਤੈਅ ਕਰੇਗਾ। ਬਾਕੀ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।